ਵੈਲਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਵੀਰਾਂ ਨੂੰ ਮਿਲਦਾ ਰਹੇ। ਸਭ ਤੋਂ ਪਹਿਲੇ ਤੇ ਅੱਜ ਜਨਾਬ ਇੱਕ ਦੂਜਾ ਸੂਆ ਸੂਈ ਮਾਈ ਦੀ ਵੀਡੀਓ ਲੈ ਕੇ ਆਇਆ। ਅੱਲਾ ਦੇ ਫਜ਼ਲੋ ਕਰਮ ਨਾਲ ਘਰ ਦੀ ਮੱਝ ਜੈਨਮਣ ਗੰਨਾ ਅੱਲਾ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਹੁਣ ਗਿਆ। ਬਾਕੀ ਲੈਣੇ ਦੇਣੇ ਮੁਕੱਦਰ ਸੌਦਾ ਨਾ ਨਸੀਬ ਦੇ। ਇਹ ਦੂਸਰਾ ਸੂਆ ਸੂਈ ਹੈ ਜਨਾਬ, ਸੱਜਰ ਸੂਈ, ਮਗਰ ਕੱਟੀ ਹੈ ਜਾਂ ਕੱਟਾ, ਅੱਗੇ ਚੱਲ ਕੇ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲਵਾਂਗੇ। ਬਾਕੀ ਮੱਝ ਜਨਾਬ ਪੂਰੀ ਬਰੀਕ ਚੁੰਨੀ ਤੋਂ ਲੈ ਕੇ ਸਾਰ ਤੱਕ ਰਵਾਨਾ ਮੁੱਠ ਮੁੱਠ ਤੇ ਮਾਸ਼ਾਅੱਲਾ ਖੂਬਸੂਰਤ ਥਾਣ ਹੈ। ਬਾਕੀ ਖੁੱਡਾ ਖੁੱਲਾ ਇੱਕ ਅੱਡੀ ਪੁੱਠਾ ਕੁਸ਼ਲ ਹੈ ਜਿਵੇਂ ਜਨਾਬ ਡੋਰ ਹੁੰਦੀ ਹੈ। ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਸੌਦਾ ਨਾ ਨਸੀਬ ਦੇ। ਭਰਾਵਾਂ ਨੂੰ ਮਿਹਨਤ ਸਫ਼ਰ ਕਰਕੇ ਨੀਲੀ ਦੇ ਜਾਨਵਰ ਵਿਖਾਏ ਜਾਂਦੇ ਹਵਾਨਾ ਧੁੰਨੀ ਤੋਂ ਲੈ ਕੇ ਤੇ ਸਾਹ ਤੱਕ। ਬਾਕੀ ਜਨਾਬ ਉਹਨਾਂ ਹਵਾਨਾ ਅੱਗੇ ਉਹਨਾਂ ਹੀ ਪਿੱਛੇ ਦੁੱਧ ਦੀਆਂ ਗਰੰਟੀਆਂ ਹੋਣਗੀਆਂ। ਖਾਣ ਜਨਾਬ ਛੱਟਾ ਫੁਆਰਾ ਵਾਧਾ ਘਾਟਾ ਪੂਰੀ ਜਨਾਬ ਆਪਣੀ ਜ਼ਿੰਮੇਦਾਰੀ ਧੁੰਨੀ ਕੌੜੀ ਤੋਂ ਬਿਲਕੁਲ ਸਾਫ਼ ਖਾਣ ਚਾਰੇ ਜਨਾਬ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ। ਬਾਕੀ ਜਨਾਬ ਮਾਝ ਦਾ ਕੱਦ ਚੰਗਾ ਲਾਮ ਚੰਗੀ ਸ਼ਾਹ ਕਾਲੀ ਅੱਲਾ ਦੇ ਫਜ਼ਲ ਕਰਮ ਨਾਲ ਨੀਲੀ ਦੇ ਜਾਨਵਰ ਹਮੇਸ਼ਾ ਭਰਾਵਾਂ ਨੂੰ ਸਫ਼ਰ ਕਰਕੇ ਵਿਖਾਏ ਜਾਂਦੇ ਨੇ। ਬਾਕੀ ਨੀਲੀ ਤੋਂ ਹਟ ਕੇ ਕੰਮ ਨਹੀਂ ਇਨਸ਼ਾਅੱਲਾ ਕਰਨਾ। ਬਾਕੀ ਜਨਾਬ ਕਿੰਨਾ ਦੁੱਧ ਕਰਦੀ ਪਈ ਹੈ, ਇਹ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਪਸ਼ੂ ਮੈਂ ਪੂਰੀ ਗਿੱਠ ਗਿੱਠ ਇੱਕੋ ਜਿਹੀ ਅੱਖ ਸ਼ਾਹ ਕਾਲੀ ਮਾਸ਼ਾਅੱਲਾ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਅੱਗੇ ਆਇਆ ਥੋੜਾ ਜਿਹਾ ਮਨਜੂਰ, ਮਾਸ਼ ਸੂਈ ਨੂੰ ਕਿੰਨੇ ਦਿਨ ਹੋ ਗਏ? ਇਹਨੂੰ ਅੱਜ ਸੱਤਵਾਂ ਦਿਨ ਆ ਜੀ ਸੂਈ ਨੂੰ। 7 ਦਿਨ ਹੋ ਗਏ? ਹਾਂਜੀ। ਸੂਈ ਖੜੀ ਆ ਥਣਾ ਕਾਟਾ ਵਾਦਾ ਛੱਟਾ ਫੁਆਰਾ ਗੰਢ ਮਰੋੜੀ ਗਰੰਟੀ ਪੂਰੀ ਗਰੰਟੀ? ਹਾਂਜੀ, ਸਾਫ ਸੁਥਰੀ। ਅੱਛਾ, ਕਾਟਾ ਵਾਦਾ ਛੱਟੇ ਫੁਆਰ ਦੀ ਆਪਣੀ ਜਿਹੜਾ ਗਰੰਟੀ ਹੁੰਦੀ? ਹਾਂਜੀ ਗਰੰਟੀ। ਅੱਛਾ ਜੀ, ਸੂਆ ਦੂਸਰਾ? ਹਾਂਜੀ। ਸੂਈ ਨੂੰ ਅੱਜ ਸੱਤਵਾਂ ਦਿਨ? ਸੱਤਵਾਂ ਦਿਨ। ਮਗਰ ਕੱਟਾ? ਕੱਟਾ ਜੀ, ਕੱਟਾ ਵਿਖਾਣੇ ਆ। ਗੱਲ ਇਸ ਤਰ੍ਹਾਂ ਦੀ, ਦੁੱਧ ਦੀ ਆਪਾਂ ਪੂਰੀ ਗਰੰਟੀ ਦੇਣੀ ਆ, ਘਰ ਦਾ ਮਾਲ ਹੈ ਤੇਰਾ, ਕੋਈ ਵਪਾਰ ਦਾ ਨਹੀਂ ਦਾ, ਇਹ ਸਮਝ। ਆ ਤੇਰੀਆਂ ਮੱਝਾਂ ਕੈਮਰਾਮੈਨ ਸਾਹਿਬ ਵਿਖਾਵੀ, ਮਾਸ਼ਾਅੱਲਾ ਅੱਲਾ ਨੇ ਤੈਨੂੰ ਬਹੁਤ ਮਾਲ ਦਿੱਤਾ। ਅੱਜ ਰੇਟ ਵੀ ਉਹ ਕਰਨਾ ਹੈ ਕਿ ਭਰਾਵਾਂ ਨੂੰ ਜਿਹੜਾ ਨਾ ਸਵਾਦ ਆ ਜਾਵੇ, ਠੀਕ ਹੈ ਨਾ? ਐਵੇਂ ਗੱਲਾਂ ਲੋਕ ਕੀਤੀ ਜਾਂਦੇ ਨੇ ਜਨਾਬ, ਮੇਰੀ 10 ਲੱਖ ਦੀ, ਮੇਰੀ 20 ਲੱਖ ਦੀ, ਆਈ ਸਮਝ। ਬਰੀਕ ਵੇਖ ਲਾ, ਸ਼ਾਹ ਕਾਲੀ ਆ, ਹੱਡੀਆਂ ਵੇਖ ਲਾ, ਪੂਛੜ ਵੇਖ ਲਾ, ਥਾਣ ਵੇਖ ਲਾ, ਮੁੱਠ ਮੁੱਠ ਦਾ ਸਾਰਾ ਕੁਝ, ਮਾਸ਼ਾਅੱਲਾ ਸੋਹਣੀ ਮੱਝ, ਕਿਸੇ ਪਾਸੋਂ ਮੱਝ ਇਨਸ਼ਾਅੱਲਾ ਬਰੀਕ ਮੱਝ, ਬਰੀਕ ਮੱਝ। ਤੇ ਇਹਦੇ ਹਾਜ਼ਰ ਵਕਤ ਜੋ ਦੁੱਧ ਜਿਹੜਾ ਕਰ ਗਈ ਉਹ ਕਿੰਨਾ ਕਰਦੀ ਪਈ? ਦੁੱਧ ਮੈਂ ਇੱਥੇ ਹੈਗਾ ਵਾ 14 ਕਿਲੋ। 14 ਕਿਲੋ, ਲੇਕਿਨ ਆਪਾਂ 13 ਕਿਲੋ ਦੀ ਗਰੰਟੀ ਦਿਆਂਗੇ। 14 ਲੇਕਿਨ ਆਪਾਂ ਦੱਸਣਾ 13। ਹਾਂਜੀ, ਬਾਕੀ ਮੈਲਾ ਸ਼ੈਲਾ ਸੱਟੇ ਕਿੰਨਾ ਦੁੱਧ ਕਰਦੀ ਰਹੇਗੀ? ਤੋ ਦੱਦਾ ਦੇ ਹੁਕਮ ਨਾਲ ਹੈ 16-17 ਸਿਰ ਦੁੱਧ ਕਰਦੀ। 16-17 ਸਿਰ, ਸੋਹਣੀ ਗੱਲ ਕੀਤੀ ਆ। ਹਾਂਜੀ, ਤੇ ਹੁਣ ਇਹਦਾ ਪਿਆਰ ਮੁਹੱਬਤ ਵਾਲੇ ਪੈਸੇ ਜਿਹੜੇ ਆਪਾਂ ਲੈਣੇ ਨੇ, ਘਰ ਦੀ ਮੱਝ ਹੈ ਤੇਰੀ, ਵਪਾਰ ਦੀ ਮੱਝ ਨਹੀਂ, ਮੁਹੱਬਤ ਪਿਆਰ ਕਰ, ਆਈ ਸਮਝ, ਕਿ ਕਿਸੇ ਵੀਰ ਨੂੰ ਜਿਹੜਾ ਨਾ ਕੋਈ ਚੰਗੀ ਮੱਝ ਜਿਹੜੀ ਦੇ ਦਈਏ ਆਪਾਂ, ਆਈ ਸਮਝ। ਮੱਝ ਤੇਰੀ ਚੰਗੀ ਹੈ, ਥਣਾ ਦੀ ਸਾਫ਼ ਹੈ, ਸ਼ਾਹ ਕਾਲੀ ਹੈ, ਨੀਲੀ ਦੀ ਹੈ, ਆਈ ਸਮਝ। ਦੁੱਧ ਵੀ ਹਾਜ਼ਰ ਵਕਤ 14, ਲੇਕਿਨ ਆਪਾਂ 13 ਦੱਸੀ ਜਾਂਦੇ। ਹਾਂਜੀ, ਇਹਦੇ ਜਿਹੜੇ ਪੈਸੇ ਲੈਣੇ ਨੇ ਜਿੱਥੇ ਆਪਾਂ ਮੱਝ ਸੇਲ ਕਰਨੀ ਹੈ ਵੀਰ ਮੇਰਾ, ਉਹ ਪੈਸੇ ਦੱਸ ਦਾਂ। 3,70,000 ਦੀ ਆਪਾਂ ਮੱਝ ਦੇਣੀ ਹੈ ਸਰ। 3,70,000 ਦੀ? ਹਾਂਜੀ। ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੋਟਾ? ਐਵੇਂ 19-20 ਮਾੜਾ ਮੋਟ ਹੋਣਾ, ਮਾੜਾ ਮੋਟ ਜਦੋਂ ਕੋਈ ਪ੍ਰਾਬਲਮ ਹੋਵੇਗਾ। ਸਾਫ ਸੁਥਰੀ ਆ, ਆਪਾਂ ਲੰਮੇ ਚੌੜੇ ਮੋਲ ਨਹੀਂ ਤਰਨਾ ਕੀਤੇ, ਲੰਮੇ ਚੌੜੇ ਨਹੀਂ ਗੱਲ ਕੀਤੀ। ਹਾਂ, ਐਵੇਂ ਉਹ ਮੈਂ ਗੱਲ ਛੋਟੀ ਗੱਲ ਕੀਤੀ ਤੇ ਨਾ, ਠੀਕ ਆ, ਮੁਕਸਰ ਗੱਲਾਂ ਠੀਕ ਹੁੰਦੀਆਂ, ਕਿਉਂਕਿ ਵਪਾਰੀ ਹੋਵੇ ਨਾ ਉਹ ਤੋਂ ਭਾਵੇਂ ਘੰਟਾ ਗੁੜਗੁੜੀ ਵਿਜਵਾ ਲਈਏ। ਬਿਲਕੁਲ। ਅੱਛਾ, ਛੱਟਾ ਫੁਆਰਾ ਵਾਧਾ ਕਾਟਾ ਪੂਰੀ ਗਰੰਟੀ? ਹਾਂਜੀ ਗਰੰਟੀ, ਚੋ ਕੇ ਲਵੇ ਆਪਦਾ ਸੂਈ ਖੜੀ, ਦੋ ਟਾਈਮ ਚ ਹੋਵੇ ਅਗਲਾ, ਦੋ ਟਾਈਮ ਚ ਹੋਵੇ। ਹਾਂਜੀ, ਤੇ 3,70,000 ਪਿਆਰ ਮੁਹੱਬਤ ਵਿੱਚ ਜ਼ਰੂਰ ਹੈ। ਹਾਂਜੀ, ਠੀਕ ਹੋ ਗਿਆ।
ਲੋ ਜੀ ਕੈਮਰਾਮੈਨ ਸਾਹਿਬ ਤਸੱਲੀ ਕਰਵਾ ਦਿਓ, ਲੈਣੇ ਦੇਣੇ ਮੁਕੱਦਰ, ਸੌਦਾ ਨਾਲ ਨਸੀਬ ਦੇ, ਸਭ ਤੋਂ ਵੱਡੀ ਗਰੰਟੀ ਜਨਾਬ ਘਰ ਦੀ ਮੱਝ ਅੱਲਾ ਦੇ ਫਜ਼ਲੋ ਕਰਮ ਨਾਲ, ਬਾਕੀ ਦੁੱਧ ਦੀ ਗਰੰਟੀ, ਥਾਣੀ ਘਾਟਾ ਵਾਧਾ ਪੂਰੀ ਗਰੰਟੀ, ਐ ਮਗਰ ਕੱਟਾ ਕੈਮਰਾਮੈਨ ਸਾਹਿਬ ਖਾ ਜੀ, ਆ ਮਗਰ ਕੱਟਾ ਜਨਾਬ ਮਾਸ਼ਾਅੱਲਾ, ਨੰਬਰ ਜਨਾਬ 0348-0767-88 ਵਟਸਐਪ ਨੰਬਰ 'ਤੇ ਇਮੋ ਨੰਬਰ ਮਿਲਾਂਗੇ ਅਗਲੀ ਵੀਡੀਓ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।